ਰਣਬੀਰ ਸਿੰਘ ਰਾਣਾ, ਫੈਸਲੇ ਦਾ ਦਿਨ ਹੈ। ਜਲੰਧਰ ਵੈਸਟ ਦਾ ਸਰਤਾਜ ਕੌਣ ਹੋਏਗਾ? ਜਲੰਧਰ ਦੀ ਜੰਗ ਕੌਣ ਜਿੱਤੇਗਾ? ਜਲੰਧਰ ਦਾ ਕਿੰਗ ਕੌਣ ਹੋਏਗਾ? ਕਿਉਂਕਿ ਬਹੁਤ ਦਿਲਚਸਪ ਹੈ ਜ਼ਿਮਨੀ ਚੋਣ ਇਸ ਵਾਰ। ਜਲੰਧਰ ਵੈਸਟ ਦੀ ਸਰਕਾਰ ਦੀ 2.25 ਸਾਲ ਦੀ ਕਾਰਗੁਜ਼ਾਰੀ ਦਾ ਵੀ ਪਤਾ ਲੱਗਣਾ ਹੈ ਕਿ ਜਲੰਧਰ ਵੈਸਟ ਦੇ ਲੋਕ ਕਿਸ ਨੂੰ ਚੁਣਦੇ ਨੇ, ਕਿਉਂਕਿ ਹਾਲੇ ਹੁਣ ਹੀ 2024 ਦੀਆਂ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ, ਜਿੱਥੇ ਉੱਥੋਂ ਕਾਂਗਰਸ ਦੇ ਵੱਲੋਂ ਬਾਜ਼ੀ ਮਾਰੀ ਗਈ ਸੀ ਅਤੇ ਦੂਜੇ ਨੰਬਰ 'ਤੇ ਬੀਜੇਪੀ ਰਹੀ, ਤੀਜੇ ਨੰਬਰ 'ਤੇ ਆਮ ਆਦਮੀ ਪਾਰਟੀ। ਪਰ ਹੁਣ ਮੁਕਾਬਲਾ ਵੱਖਰਾ ਹੈ, ਜ਼ਿਮਨੀ ਚੋਣ ਹੋ ਰਹੀ ਹੈ ਅਤੇ ਜਿਸ ਦਾ ਅੱਜ ਨਤੀਜਾ ਹੈ 10 ਜੁਲਾਈ ਨੂੰ। ਹਾਲਾਂਕਿ 54.90% ਵੋਟ ਪੋਲ ਹੋਈ ਅਤੇ ਜਿਹੜੀ ਪਿਛਲੇ 3 ਦਹਾਕਿਆਂ ਤੋਂ ਸਭ ਤੋਂ ਘੱਟ ਮੰਨੀ ਜਾਂਦੀ ਹੈ। ਪਿਛਲੇ 3 ਦਹਾਕਿਆਂ ਤੋਂ ਇੰਨੀ ਘੱਟ ਪੋਲਿੰਗ ਜਿਹੜੀ ਆ ਉਹ ਨਹੀਂ ਹੋਈ ਸੀ, ਉਤਸ਼ਾਹ ਲੋਕਾਂ ਦੇ ਵਿੱਚ ਉਹਨਾਂ ਨਹੀਂ ਦੇਖਿਆ ਗਿਆ। ਪਰ ਕਿਉਂਕਿ ਨਤੀਜੇ ਦਾ ਦਿਨ ਹੈ, ਥੋੜ੍ਹੀ ਦੇਰ ਤੱਕ ਰੁਝਾਨ ਆਉਣਗੇ। ਪੰਜਾਬ ਦੀਆਂ ਨਜ਼ਰਾਂ ਸਾਰੀਆਂ ਇਸੇ 'ਤੇ ਨੇ ਕਿ ਜ਼ਿਮਨੀ ਚੋਣ 'ਤੇ ਬਾਜ਼ੀ ਕੌਣ ਮਾਰਦਾ, ਕਿਉਂਕਿ ਬਹੁਤ ਉਲਟ ਫੇਰ ਹੋਇਆ ਇਸ ਵਾਰ ਜਲੰਧਰ ਜ਼ਿਮਨੀ ਚੋਣ ਦੇ ਵਿੱਚ। ਦਰਅਸਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹ ਬੀਜੇਪੀ 'ਚ ਚਲੇ ਗਏ ਅਤੇ ਜਿਹੜੇ ਬੀਜੇਪੀ ਤੋਂ ਮਹਿੰਦਰ ਭਗਤ ਆਏ ਉਸ ਨੂੰ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਬਣਾਇਆ। ਬਹੁਤ ਜਿਹੜੀਆਂ ਚੀਜ਼ਾਂ ਨੇ ਚੇਂਜ ਹੋਈਆਂ ਨੇ, ਚਾਹੇ ਉਹ ਸੁਸ਼ੀਲ ਰਿੰਕੂ ਹੋਣ, ਚਾਹੇ ਉਹ ਸ਼ੀਤਲ ਅੰਗੁਰਾਲ ਹੋਣ, ਦੋਹੇ ਜਲੰਧਰ ਵੈਸਟ ਨੂੰ ਰੀਪ੍ਰਜੈਂਟ ਕਰਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ, ਅਤੇ ਹੁਣ ਉਹ ਇੱਕੋ ਹੀ ਪਾਰਟੀ ਦੇ ਵਿੱਚ ਨੇ, ਇਕੱਠੇ ਨੇ ਬੀਜੇਪੀ ਦੇ ਵਿੱਚ। ਅਤੇ ਦੂਜੇ ਪਾਸੇ ਕਾਂਗਰਸ ਨੇ ਵੀ ਪੂਰੀ ਸਿਰ ਧੜ ਦੀ ਬਾਜ਼ੀ ਲਾਈ। ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਜਲੰਧਰ ਵੈਸਟ ਦੇ ਵਿੱਚ ਹੀ ਬੈਠੇ ਰਹੇ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਅੱਡੀ ਚੋਟੀ ਦਾ ਵਾਅ ਲਾਇਆ ਗਿਆ, ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ। ਸੀਐਮ ਭਗਵੰਤ ਮਾਨ, ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ, ਉਹਨਾਂ ਦੀ ਸਿਸਟਰ ਮਨਪ੍ਰੀਤ ਕੌਰ ਤੋਂ ਇਲਾਵਾ ਜਿਹੜੇ ਪੰਜਾਬ ਦੇ ਸਾਰੇ ਸਰਕਾਰ ਦੇ ਮੰਤਰੀ, ਹੋਰ ਜਿਹੜੇ ਚੇਅਰਮੈਨ ਜਾਂ ਵਿਧਾਇਕਾਂ ਦੀ ਡਿਊਟੀ ਜਿਹੜੀ ਹੈ ਉਹ ਵੀ ਜਲੰਧਰ ਵੈਸਟ ਦੇ ਵਿੱਚ ਲੱਗੀ ਰਹੀ। ਕਿਰਾਏ 'ਤੇ ਕੋਠੀ ਲੈ ਕੇ ਸੀਐਮ ਮਾਨ ਜਲੰਧਰ ਦੇ ਵਿੱਚ ਰਹਿਣ ਲੱਗ ਪਏ। ਦੁਆਬੇ ਦੀ ਜਿਹੜੀ ਪੂਰੀ ਬੈਲਟ ਹੈ ਉਸ ਨੂੰ ਦੇਖਣਗੇ, ਪਰ ਅੱਜ ਨਤੀਜੇ ਦਾ ਦਿਨ ਹੈ, ਬਹੁਤ ਕੁਝ ਤੈਅ ਕਰੇਗਾ। ਹਾਲਾਂਕਿ ਜਿਹੜੀ ਅੱਜ ਦੀ ਜਿੱਤ ਹਾਰ ਹੈ ਇਸ ਦੇ ਵਿੱਚ ਇਹ ਨਹੀਂ ਹੈ ਕਿ ਇਸ ਦੇ ਨਾਲ ਸਰਕਾਰ 'ਤੇ ਕੋਈ ਅਸਰ ਪੈਣਾ, ਕੋਈ ਸਰਕਾਰ ਡਿੱਗਣੀ ਆ, ਸਰਕਾਰ ਬਣਨੀ ਆ, ਇਸ ਤਰ੍ਹਾਂ ਨਹੀਂ ਹੈ। ਪਰ ਇਹ ਇਸ ਕਰਕੇ ਬਹੁਤ ਅਹਿਮ ਹੈ ਕਿਉਂਕਿ ਇਸ ਨੇ ਮੁੱਢ ਬੰਨਣਾ, ਚਾਹੇ 2027 ਦਾ ਮੁੱਢ ਬੰਨਣਾ, ਚਾਹੇ ਉਹ ਨਗਰ ਨਿਗਮ ਦੇ ਵਿੱਚ ਅੱਗੇ ਕੌਣ ਬਾਜ਼ੀ ਮਾਰੇਗਾ, ਚਾਹੇ ਬਲਾਕ ਸਮਤੀਆਂ, ਜ਼ਿਲ੍ਹਾ ਪ੍ਰੀਸ਼ਦੀਆਂ, ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ, ਇੱਕ ਪਰਸੈਪਸ਼ਨ ਜਿਹੜੀ ਹੈ ਉਹ ਇਸ ਚੋਣ ਨਤੀਜੇ ਨੇ ਬਿਲਡ ਕਰਨੀ ਹੈ ਕਿ ਅੱਗੇ ਜਾ ਕੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਸੋਚਦੇ ਨੇ। ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਜਿਹੜੀ ਜ਼ਿਮਨੀ ਚੋਣ ਹੈ ਉਹਦੇ 'ਤੇ ਐਜ ਜਿਹੜਾ ਹੈ ਉਹ ਸਰਕਾਰ ਦਾ ਹੁੰਦਾ, ਜਿਹੜੀ ਸੱਤਾਧਾਰੀ ਧਿਰ ਆ ਉਹਦਾ ਹੁੰਦਾ। ਜਿੰਨੀਆਂ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਹੁਣ ਤੱਕ ਜ਼ਿਮਨੀ ਚੋਣਾਂ ਹੱਕੇ ਹਟੀਆਂ ਨੇ, ਚਾਹੇ ਉਹ ਕਾਂਗਰਸ ਸਰਕਾਰ ਵੇਲੇ, ਚਾਹੇ ਉਹ ਅਕਾਲੀ ਦਲ ਭਾਜਪਾ ਵੇਲੇ, ਤਾਂ ਬਹੁਤੀਆਂ ਜਿਹੜੀਆਂ ਨੇ 99% ਕਹਿ ਲਈਏ ਕਿ ਉਹ ਸੱਤਾਧਾਰੀ ਧਿਰ ਨੇ ਜਿੱਤੀਆਂ। ਪਰ ਇਸ ਵਾਰ ਨਤੀਜਾ ਕਿਹੋ ਜਿਹਾ ਹੋਏਗਾ? ਜਲੰਧਰ ਵੈਸਟ ਦੀ ਜਿਹੜੀ ਪੋਲੀਟੀਕਲ ਪਿਕਚਰ ਹੈ ਵੀ ਬੇਹੱਦ ਖਾਸ ਹੈਗੀ ਆ, ਕਿਉਂਕਿ 2017 ਦੇ ਵਿੱਚ ਜੇਕਰ ਦੇਖਿਆ ਜਾਵੇ ਵਿਧਾਨ ਸਭਾ ਦੇ ਨਤੀਜੇ ਦੇਖ ਸਕਦੇ ਹੋ ਤੁਸੀਂ ਕਿ 33% ਵੋਟ ਜਿਹੜੀ ਪੈਂਦੀ ਹੈ, 28% 72 ਜਿਹੜੀ ਆ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਵੀ ਪਈ ਹੈ, ਅਤੇ 2024 ਦੀਆਂ ਲੋਕ ਸਭਾ 'ਚ 38.76 ਬੀਜੇਪੀ ਦਾ ਵੋਟ ਸ਼ੇਅਰ ਹੈ ਜਿਹੜਾ ਇਹ ਵੱਖ ਵੱਖ ਪੋਲੀਟੀਕਲ ਪਾਰਟੀਆਂ ਦਾ ਵੋਟ ਸ਼ੇਅਰ ਹੈ। ਲੋਕ ਸਭਾ ਦੇ ਵਿੱਚ ਕਿੰਨਾ ਚੜ੍ਹਿਆ ਬੀਜੇਪੀ ਦਾ ਵੋਟ ਸ਼ੇਅਰ? ਇਹ ਅਕਾਲੀ ਦਲ ਦਾ ਵੋਟ ਸ਼ੇਅਰ ਹੈ ਜਿਹੜਾ ਲਗਾਤਾਰ ਡਿਕਲਾਈਨ ਹੋਇਆ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ 41% ਤੋਂ ਘੱਟ ਕੇ ਹੁਣ 2.37% ਰਹਿ ਗਿਆ। ਹਾਲਾਂਕਿ ਹੁਣ ਅਕਾਲੀ ਦਲ ਵੱਖਰੇ ਤੌਰ 'ਤੇ ਚੋਣ ਲੜ ਰਿਹਾ ਸੀ ਪਿਛਲੇ ਸਮੇਂ ਦੇ ਵਿੱਚ, ਪਰ ਇਸ ਵਾਰ ਤਾਂ ਅਕਾਲੀ ਦਲ ਨੇ ਜਿਹੜਾ ਆਪਣਾ ਕੈਂਡੀਡੇਟ ਆ ਉਹ ਵੀ ਵਾਪਸ ਲੈ ਲਿਆ ਸੀ ਅਤੇ ਬਾਕੀ ਅਕਾਲੀ ਦਲ ਦੇ ਵੱਲੋਂ ਜ਼ਰੂਰ ਜਿਹੜੀ ਹੈ ਕੈਂਡੀਡੇਟ ਉਤਾਰਿਆ ਗਿਆ। ਇਸ ਵਾਰ ਜਿਹੜਾ BSP ਹੈ ਉਹਦਾ ਵੋਟ ਸ਼ੇਅਰ ਲੋਕ ਸਭਾ ਦੇ ਵਿੱਚ 1.77 ਰਿਹਾ ਹੈ, ਜੋ ਵੀ 2019 ਦੇ ਮੁਕਾਬਲੇ ਕਾਫੀ ਘਟਿਆ ਹੈ। BSP ਵੀ ਡਾਊਨ ਜਾ ਰਹੀ ਹੈਗੀ ਹੈ ਇੱਥੇ ਜਲੰਧਰ ਵੈਸਟ ਦੀ। ਇਹ ਪੋਲੀਟੀਕਲ ਪਿਕਚਰ ਵੱਖ ਵੱਖ ਪੋਲੀਟੀਕਲ ਪਾਰਟੀਆਂ ਦੀ, ਲੋਕ ਸਭਾ 'ਚ ਵਿਧਾਨ ਸਭਾ ਦੀ ਤਸਵੀਰ ਕੀ ਰਹੀ ਹੈ? ਜਿਹੜੇ ਸਾਰੇ 9 ਦੇ 9 ਹਲਕੇ ਨੇ ਉਹਨਾਂ ਦੇ ਵਿੱਚ 2 ਤੇ BJP ਅਤੇ 7 ਤੇ ਕਾਂਗਰਸ ਜਿਹੜੀ ਆ ਉਹ ਜੇਤੂ ਰਹੀ ਹੈ। ਲੋਕ ਸਭਾ ਵਿਧਾਨ ਸਭਾ ਦੀ ਜਿਹੜੀ ਤਸਵੀਰ ਹੈ, ਮਤਲਬ ਲੋਕ ਸਭਾ ਦੇ ਜਿਹੜੇ ਨਤੀਜੇ ਆਏ
ਵਿਧਾਨ ਸਭਾ 'ਚ ਕਿਵੇਂ ਰਿਹਾ? ਉੱਥੇ ਜਿਹੜੀ ਆ 9 ਵਿਧਾਨ ਸਭਾ ਹਲਕੇ ਨੇ ਜਲੰਧਰ ਦੇ ਵਿੱਚ, 7 ਤੇ ਕਾਂਗਰਸ ਅਤੇ 2 ਨੇ ਬੀਜੇਪੀ ਦੇ, ਬਾਜ਼ੀ ਮਾਰੀ। ਆਮ ਆਦਮੀ ਪਾਰਟੀ ਨੂੰ ਕੋਈ ਇੱਥੋਂ ਵਿਧਾਨ ਸਭਾ ਦੇ ਵਿੱਚ ਜਿੱਤ ਨਹੀਂ ਮਿਲੀ ਲੋਕ ਸਭਾ ਚੋਣਾਂ ਦੇ ਵਿੱਚ। 2017 ਦੀ ਗੱਲ ਕਰਦੇ ਹਾਂ ਜਦੋਂ ਜਲੰਧਰ ਵੈਸਟ ਦੀ, ਤਾਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਜਿੱਤਦੇ ਨੇ 53,000 ਵੋਟ ਦੇ ਨਾਲ। ਮਹਿੰਦਰ ਭਗਤ ਅਕਾਲੀ ਭਾਜਪਾ ਦੇ ਕੈਂਡੀਡੇਟ ਉਸ ਵੇਲੇ ਦੂਜੇ ਨੰਬਰ 'ਤੇ ਰਹਿੰਦੇ ਨੇ ਅਤੇ ਦਰਸ਼ਨ ਲਾਲ ਭਗਤ ਆਮ ਆਦਮੀ ਪਾਰਟੀ ਦੇ ਤੀਜੇ ਨੰਬਰ 'ਤੇ। ਉਸ ਤੋਂ ਬਾਅਦ 2022 ਆ ਜਾਂਦੀ ਹੈ। 2022 ਦੇ ਵਿੱਚ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ 'ਚ ਹੁੰਦੇ ਨੇ, 39,000 ਵੋਟਾਂ ਪੈਂਦੀਆਂ ਨੇ। ਸੁਸ਼ੀਲ ਰਿੰਕੂ 34,000 ਨਾਲ ਦੂਜੇ ਨੰਬਰ 'ਤੇ, ਮਹਿੰਦਰ ਭਗਤ ਜਿਹੜੇ ਨੇ ਉਹ ਤੀਜੇ ਨੰਬਰ 'ਤੇ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ। ਇਸ ਵਾਰ ਦੇ ਕੈਂਡੀਡੇਟ ਪਹਿਲਾਂ ਜਦੋਂ ਬੀਜੇਪੀ 'ਚ ਸੀਗੇ ਤਾਂ ਤੀਜੇ ਨੰਬਰ 'ਤੇ ਰਹੇ ਬੀਜੇਪੀ ਦੇ ਵਿੱਚ, ਅਤੇ ਆਮ ਆਦਮੀ ਪਾਰਟੀ ਕੋਲ 2022 ਦੇ ਵਿੱਚ ਇਹ ਸੀਟ ਸੀ। 5 ਸੀਟਾਂ 'ਤੇ ਜ਼ਿਮਨੀ ਚੋਣ ਹੋਣੀ ਹੈ ਅਤੇ ਉਹਨਾਂ ਦੇ ਵਿੱਚੋਂ ਇੱਕ 'ਤੇ ਅੱਜ ਜਿਹੜਾ ਨਤੀਜਾ ਹੈ ਉਹ ਆ ਰਿਹਾ, ਅਤੇ ਸ਼ੀਤਲ ਉਂਗਰਾਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਲੋਕ ਸਭਾ ਚੋਣਾਂ ਦੇ ਦੌਰਾਨ ਹੀ, ਬੀਜੇਪੀ ਉਹਨਾਂ ਨੇ ਜੁਆਇਨ ਕਰ ਲਈ ਸੀਗੀ। ਤਾਂ ਹੁਣ ਕੁੱਲ ਵੋਟਰ ਜਿਹੜੇ ਨੇ 1,72,000, ਜਿਨ੍ਹਾਂ ਦੇ ਵਿੱਚੋਂ ਪੁਰਸ਼ 99,000 ਅਤੇ ਮਹਿਲਾ ਵੋਟਰ 82,000, ਜਿਨ੍ਹਾਂ ਦੇ ਵਿੱਚੋਂ ਜਿਹੜੀ ਵੋਟ ਪਰਸੈਂਟੇਜ ਆ ਉਹ ਸਿਰਫ 54.90% ਹੋਈ ਹੈ। ਤਾਂ ਜਲੰਧਰ ਪੱਛਮੀ ਦੇ ਵਿੱਚ ਅੱਜ ਬਾਜ਼ੀ ਕੌਣ ਮਾਰੇ ਗਏ ਅਸੀਂ ਤੁਹਾਨੂੰ ਦੱਸਾਂਗੇ। ਪਹਿਲੇ ਰੁਝਾਨ ਜਿਹੜੇ ਨੇ ਉਹ ਅਸੀਂ ਤੁਹਾਨੂੰ ਦੱਸਾਂਗੇ, ਕਦੋਂ ਪੰਜਾਬ ਦੀ ਜਿਹੜੀ ਜ਼ਿਮਨੀ ਚੋਣ ਹੈ, ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਦਾ ਇੰਤਜ਼ਾਰ ਕਰ ਰਹੇ ਨੇ। ਥੋੜ੍ਹਾ ਇੰਤਜ਼ਾਰ ਤੁਹਾਨੂੰ ਕਰਨਾ ਪੈਣਾ ਹੈ। ਤਾਂ ਸਾਡੇ ਜਿਹੜੇ ਸਹਿਯੋਗੀ ਨੇ ਉਹ ਜਲੰਧਰ ਦੇ ਵਿੱਚ ਮੌਜੂਦ ਨੇ। ਪਹਿਲਾ ਰੁਝਾਨ ਤੁਹਾਨੂੰ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ 'ਤੇ ਹੀ ਦੇਖਣ ਨੂੰ ਮਿਲੇਗਾ। ਜਿਹੜੀ ਪਰਸੈਂਟੇਜ ਹੈ ਉਹ ਘਟੀ ਹੈ, ਉਸ ਦਾ ਫਾਇਦਾ ਕਿਸ ਨੂੰ ਹੋਏਗਾ? ਦੇਖੋ, ਲੋਕ ਸਭਾ ਦੇ ਵਿੱਚ ਤਾਂ ਕਾਂਗਰਸ ਨੇ ਬਾਜ਼ੀ ਮਾਰੀ ਹੈ, ਦੂਜੇ ਨੰਬਰ 'ਤੇ ਬੀਜੇਪੀ ਰਹੀ ਹੈ। ਇਹ ਵੀ ਬਿਲਕੁਲ ਅੰਕੜੇ ਜਿਹੜੇ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਰਹੀ ਆ। ਪਰ ਜ਼ਿਮਨੀ ਚੋਣ ਹੈ ਜਿਹੜੀ, ਇਹ ਬਿਲਕੁਲ ਵੱਖਰੀ ਹੁੰਦੀ ਹੈ। ਜ਼ਿਮਨੀ ਚੋਣ 'ਚ ਬਾਜ਼ੀ ਕੌਣ ਮਾਰਦਾ ਇਹ ਹਮੇਸ਼ਾ ਹੀ ਵੱਖਰਾ ਰਹਿੰਦਾ ਹੈ। ਲੋਕ ਸਭਾ ਦੇ ਨਤੀਜੇ ਹਮੇਸ਼ਾ ਹੀ ਵਿਧਾਨ ਸਭਾ ਨਾਲੋਂ ਵੱਖਰੇ ਹੁੰਦੇ ਨੇ, ਅਤੇ ਜ਼ਿਮਨੀ ਚੋਣ ਦੇ ਨਤੀਜੇ ਤਾਂ ਉਸ ਤੋਂ ਵੀ ਹੈਰਾਨ ਕਰ ਦੇਣ ਵਾਲੇ ਹੁੰਦੇ ਨੇ। ਤਾਂ ਹੁਣ ਜਲੰਧਰ ਦੀ ਜੰਗ ਦਾ ਜਿਹੜਾ ਫੈਸਲਾ ਹੈ ਉਹ ਅੱਜ ਹੋਣ ਜਾ ਰਿਹਾ। ਹਾਲਾਂਕਿ EVM ਜਿਹੜੀਆਂ ਨੇ ਉਹ ਥੋੜ੍ਹੀ ਦੇਰ ਦੇ ਵਿੱਚ ਖੁੱਲ੍ਹਣਗੀਆਂ, ਅਤੇ ਜਿਹੜੇ ਬੈਲਟ ਪੇਪਰ ਨੇ ਉਹ ਪਹਿਲਾਂ ਖੁੱਲ੍ਹਣਗੇ, ਬੈਲਟ ਪੇਪਰਾਂ ਦੀ ਗਿਣਤੀ ਪਹਿਲਾਂ ਹੋਏਗੀ, ਉਸ ਤੋਂ ਬਾਅਦ EVM ਖੁੱਲ੍ਹੇਗੀ। EVM ਦੇ ਵਿੱਚ ਨਤੀਜੇ ਕਿਸ ਦੇ ਹੱਕ 'ਚ ਆਉਂਦੇ ਨੇ, ਪਹਿਲੇ ਰੁਝਾਨ ਕਿਸ ਦੇ ਹੱਕ 'ਚ ਆਉਂਦੇ ਨੇ, ਇਹ ਬੇਹੱਦ ਇੰਪੋਰਟੈਂਟ ਰਹੇਗਾ। ਪੰਜਾਬ ਦੀਆਂ ਨਜ਼ਰਾਂ ਨੇ ਇਸ ਗੱਲ 'ਤੇ ਕਿ ਜਲੰਧਰ ਵੈਸਟ ਦੇ ਵਿੱਚ ਬਾਜ਼ੀ ਕੌਣ ਮਾਰਦਾ ਹੈ। ਸ਼ੀਤਲ ਅੰਗੁਰਾਲ ਬਾਜ਼ੀ ਮਾਰਦੇ ਨੇ, ਮਹਿੰਦਰ ਭਗਤ ਬਾਜ਼ੀ ਮਾਰਦੇ ਨੇ, ਜਾਂ ਫਿਰ ਦੋ ਬੀਬੀਆਂ ਸੁਰਿੰਦਰ ਕੌਰ, ਸੁਰਜੀਤ ਕੌਰ, ਜਾਂ ਫਿਰ BSP ਦੇ ਕੈਂਡੀਡੇਟ ਵੀ ਵਿੰਦਰ ਲਾਖਾ, ਉਹ ਵੀ ਚੋਣ ਮੈਦਾਨ ਦੇ ਵਿੱਚ ਨੇ। ਪਿਛਲੇ 3 ਦਹਾਕਿਆਂ 'ਚ ਸਭ ਤੋਂ ਘੱਟ ਜਿਹੜੀ ਹੈ ਇਸ ਵਾਰ ਵੋਟਿੰਗ ਹੋਈ ਹੈ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਵਿੱਚ। ਲੋਕਾਂ ਨੇ ਉਤਸ਼ਾਹ ਨਹੀਂ ਦਿਖਾਇਆ। 2012 'ਚ ਭਾਜਪਾ ਜਿੱਤੀ, 2017 'ਚ ਕਾਂਗਰਸ, ਅਤੇ 2022 'ਚ ਆਮ ਆਦਮੀ ਪਾਰਟੀ। 2024 'ਚ ਲੋਕ ਸਭਾ ਦੇ ਵਿੱਚ ਕਾਂਗਰਸ ਜਿੱਤੀ, ਅਤੇ 2024 ਦੇ ਵਿੱਚ ਜ਼ਿਮਨੀ ਚੋਣ 'ਚ ਬਾਜ਼ੀ ਕੌਣ ਮਾਰਦਾ ਇਹੀ ਤੁਹਾਨੂੰ ਦੱਸਾਂਗੇ। ਮਹਿੰਦਰ ਭਗਤ, ਚੀਤਰ ਅੰਗਰਾਲ, ਸੁਰਿੰਦਰ ਕੌਰ, ਸੁਰਜੀਤ ਕੌਰ ਜਾਂ ਵਿੰਦਰ ਲਾਖਾ, 5 ਜਿਹੜੇ ਨੇ ਮੁੱਖ ਕੈਂਡੀਡੇਟ ਨੇ। ਹਾਲਾਂਕਿ ਮੁੱਖ ਮੁਕਾਬਲਾ ਜਿਹੜਾ ਹੈ ਉਹ ਦੇਖਿਆ ਜਾਵੇ ਤਾਂ ਉਹ ਕਾਂਗਰਸ, BJP ਅਤੇ ਆਮ ਆਦਮੀ ਪਾਰਟੀ ਵਿਚਾਲੇ ਹੈ। 2024 ਲੋਕ ਸਭਾ ਦੇ ਵਿੱਚ ਚੰਨੀ 44,394 ਵੋਟਾਂ ਲੈ ਕੇ ਗਏ, ਸੁਸ਼ੀਲ ਰਿੰਕੂ 42,000 ਵੋਟਾਂ ਲੈ ਕੇ ਗਏ, ਅਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ 16,000 ਦੇ ਕਰੀਬ ਵੋਟ ਲੈ ਕੇ ਗਈ ਹੈ। ਅਤੇ ਇਹ ਪੋਲੀਟੀਕਲ ਪਿਕਚਰ ਆਮ ਆਦਮੀ ਪਾਰਟੀ ਦੀ 2017 ਤੋਂ ਲੈ ਕੇ 24 ਤੱਕ ਕਿਵੇਂ ਅਪਸ ਐਂਡ ਡਾਊਨਸ ਜਿਹੜੇ ਨੇ ਹੁੰਦੇ ਰਹੇ 2017 ਤੋਂ ਲੈ ਕੇ, ਅਤੇ ਕਾਂਗਰਸ ਜਿਹੜੀ ਆ ਉਹ ਕਿਵੇਂ ਨੀਚੇ ਆਈ ਫਿਰ ਇਸ ਵਾਰ 2024 'ਚ 40.17 'ਤੇ ਸਭ ਤੋਂ ਵੱਧ ਵੋਟ ਸ਼ੇਅਰ ਨਾਲ ਪਹਿਲੇ ਨੰਬਰ 'ਤੇ ਆ ਕਾਂਗਰਸ। ਪਰ ਕੀ ਇਹ ਨਤੀਜੇ ਜਿਹੜੇ ਨੇ ਉਹ ਇਸ ਜ਼ਿਮਨੀ ਚੋਣ ਦੇ ਵਿੱਚ ਵੀ ਦੁਹਰਾਏ ਜਾਣਗੇ? ਹਾਲੇ ਕੁਝ ਦਿਨ ਪਹਿਲਾਂ ਹੀ ਜਿਹੜੀਆਂ ਪੰਜਾਬ ਦੇ ਵਿੱਚ 1 ਜੂਨ ਨੂੰ ਹੀ ਵੋਟਾਂ ਪਈਆਂ, 1 ਜੂਨ ਤੋਂ ਬਾਅਦ 10 ਜੁਲਾਈ ਨੂੰ 40ਵੇਂ ਦਿਨ ਕਹਿ ਲਈਏ ਕਿ ਫਿਰ ਵੋਟਾਂ ਪੈ ਗਈਆਂ ਉਸੇ ਹਲਕੇ ਦੇ ਉਹਨਾਂ ਲੋਕਾਂ ਦੀਆਂ ਹੀ, ਉਹਨਾਂ ਨੇ ਦੁਬਾਰਾ ਵੋਟ ਭੁਗਤਾਈ ਹੈ। ਪਰ ਹੁਣ ਵੋਟ ਜਿਹੜੀ ਹੈ ਉਹਦੇ ਮੁੱਦੇ ਵੱਖਰੇ ਸੀਗੇ, ਕਿਉਂਕਿ ਜਿਸ ਢੰਗ ਦੇ ਨਾਲ ਜਦੋਂ
ਕੇਂਦਰ ਦੇ ਵਿੱਚ ਸਰਕਾਰ ਬਣਨੀ ਹੁੰਦੀ ਹੈ, ਜਨਰਲ ਇਲੈਕਸ਼ਨ ਹੁੰਦੀ ਹੈ, ਆਮ ਚੋਣਾਂ ਹੁੰਦੀਆਂ ਨੇ, ਤਾਂ ਮੁੱਦੇ ਦੇਸ਼ ਵਿਆਪੀ ਹੁੰਦੇ ਨੇ। ਜਦੋਂ ਹੁਣ ਜ਼ਿਮਨੀ ਚੋਣ ਹੋ ਰਹੀ ਹੈ ਤਾਂ ਜਲੰਧਰ ਵੈਸਟ ਆਪਣੇ ਹਲਕੇ ਦੇ ਮੁਤਾਬਕ ਸੋਚਦਾ ਹੈ ਕਿ ਸੱਤਾਧਾਰੀ ਧਿਰ ਹੈ, ਜੇਕਰ ਸੱਤਾਧਾਰੀ ਧਿਰ ਦਾ ਨੁਮਾਇੰਦਾ ਜੁਟਾਵਾਂਗੇ ਸ਼ਾਇਦ ਸਾਡੇ ਕੰਮ ਜ਼ਿਆਦਾ ਹੋਣਗੇ। ਹਾਲਾਂਕਿ 2 ਸਾਲ ਪਹਿਲਾਂ ਵੀ ਜਿਹੜੇ ਵਿਰੋਧੀ ਕਹਿੰਦੇ ਨੇ ਕਿ 2 ਸਾਲ ਪਹਿਲਾਂ ਵੀ ਸੱਤਾਧਾਰੀ ਧਿਰ ਦਾ ਹੀ MLA ਸੀ ਸ਼ੀਤਲ ਅੰਗੁਰਾਲ, ਜਿਹੜਾ ਇਹ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਹੀ ਜਿੱਤਿਆ ਸੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਮਹਿੰਦਰ ਭਗਤ ਨੂੰ ਹੁਣ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਬਣਾਇਆ। ਤਾਂ ਇੱਥੇ ਜਿਹੜੀ ਹੈ ਉਹ ਸਰਕਾਰ ਦੀ ਵੀ ਇੱਕ ਤਰ੍ਹਾਂ ਦੇ ਨਾਲ ਅਗਨੀ ਪ੍ਰੀਖਿਆ ਮੰਨੀ ਜਾਵੇਗੀ, ਬਹੁਤ ਕੁਝ ਤੈਅ ਕਰੇਗਾ। ਭਗਵੰਤ ਮਾਨ CM ਨੇ ਪੰਜਾਬ ਦੇ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਨੇ, ਅਤੇ ਉਹਨਾਂ ਦੀ ਜਿਹੜੀ ਹੈ ਸਾਖ ਵੀ ਜਿਹੜੀ ਦਾਅ 'ਤੇ ਜ਼ਰੂਰ ਹੈ, ਕਿਉਂਕਿ ਜੇਕਰ ਜਿੱਤਦੀ ਹੈ ਤਾਂ ਉਹਨਾਂ ਦਾ ਕੱਦ ਹੋਰ ਵੱਡਾ ਹੁੰਦਾ। ਹਾਲਾਂਕਿ 92 MLA ਜਿਤਾ ਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਹੈ ਉਹ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਪਰ ਅੰਕੜੇ ਜਿਹੜੇ ਨੇ ਉਹ ਕੀ ਦੱਸਦੇ ਨੇ ਉਹ ਤੁਹਾਨੂੰ ਵਾਰ ਵਾਰ ਦੱਸ ਰਿਹਾ। ਅਤੇ ਰੁਝਾਨ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਰੁਝਾਨ ਜਿਹੜਾ ਹੈ ਉਹ ਕੀ ਰਿਹਾ। ਸਭ ਤੋਂ ਪਹਿਲੇ ਰੁਝਾਨ ਤੁਹਾਨੂੰ ਨਿਊਜ਼ 18 ਪੰਜਾਬ 'ਤੇ ਅਸੀਂ ਦੱਸਾਂਗੇ ਕਿ ਕਿਸ ਦੇ ਹੱਕ ਦੇ ਵਿੱਚ ਇਹ ਨਤੀਜੇ ਜਿਹੜੇ ਨੇ ਅੱਜ ਦੇ ਆਉਣ ਜਾ ਰਹੇ ਨੇ। ਬਹੁਤ ਵਾਰ ਬਹੁਤ ਨੈੱਕ ਟੂ ਨੈੱਕ ਮੁਕਾਬਲਾ ਜਿਹੜਾ ਹੁੰਦਾ ਹੈ, ਕਿਉਂਕਿ 2024 ਦੀਆਂ ਲੋਕ ਸਭਾ ਇਲੈਕਸ਼ਨ 'ਚ ਤੁਸੀਂ ਵੀ ਦੇਖਿਆ ਬਹੁਤ ਸਾਰੇ ਜਿਹੜੇ ਹਲਕੇ ਨੇ ਉਹਨਾਂ ਦੇ ਵਿੱਚ ਬਿਲਕੁਲ ਨੈੱਕ ਟੂ ਨੈੱਕ ਮੁਕਾਬਲਾ ਦੇਖਣ ਨੂੰ ਮਿਲਿਆ। ਲਾਸਟ ਤੱਕ ਹਰ ਰਾਊਂਡ ਦੇ ਵਿੱਚ ਜਿਹੜੀ ਲੀਡ ਹੈ ਉਹ ਘੱਟਦੀ ਵੱਧਦੀ ਨਜ਼ਰ ਆਈ, ਚਾਹੇ ਉਹ ਅਨੰਦਪੁਰ ਸਾਹਿਬ ਦੀ ਸੀ ਚਾਹੇ ਉਹ ਫਿਰੋਜ਼ਪੁਰ ਹਲਕੇ ਦੀ ਸੀ। ਅਤੇ ਅੱਜ ਜਿਹੜੀ ਜ਼ਿਮਨੀ ਚੋਣ ਹੈ ਇਹਦੇ ਵਿੱਚ ਵੀ ਬਹੁਤ ਟਫ ਹੈਗਾ ਹੈ, ਕਿਉਂਕਿ 54.90% ਵੋਟ ਜਿਹੜੀ ਪਈ ਹੈਗੀ ਹੈ, ਕਰੀਬ 1,10,000 ਦੇ ਕਰੀਬ ਵੋਟ ਜਿਹੜੀ ਆ ਉਹ ਪੋਲ ਹੋਈ ਹੈ, ਅਤੇ ਜਿਸ ਨੂੰ ਕਰੀਬ 35,000 ਤੋਂ 36,000 ਦੇ ਕਰੀਬ ਵੋਟ ਮਿਲ ਗਈ ਤਾਂ ਉਸ ਨੇ ਬਾਜ਼ੀ ਮਾਰ ਜਾਣੀ ਹੈ, ਕਿਉਂਕਿ ਵੋਟਾਂ ਦਾ ਜਿਹੜਾ ਪਰਸੈਂਟੇਜ ਆ ਉਹ ਵੀ ਘੱਟ ਹੈ ਅਤੇ ਵੋਟਾਂ ਦੀ ਗਿਣਤੀ ਵੀ ਜਲਦੀ ਹੋ ਜਾਣੀ ਹੈ, ਕਿਉਂਕਿ ਬਹੁਤ ਘੱਟ ਵੋਟਾਂ ਪੋਲ ਹੋਈਆਂ ਨੇ ਅਤੇ ਬਹੁਤ ਜਲਦੀ ਜਿਹੜਾ ਇਹ ਜਲੰਧਰ ਜ਼ਿਮਨੀ ਚੋਣ ਦਾ ਰਿਜ਼ਲਟ ਹੈ ਉਹ ਆ ਜਾਣਾ ਹੈ। ਹਾਲਾਂਕਿ 1,72,000 ਵੋਟਰ ਸੀਗੇ, ਤੁਸੀਂ ਦੇਖੋ ਕਿ 54.90% ਕਰੀਬ 55% ਵੋਟ ਜਿਹੜੀ ਆ ਉਹ ਪੋਲ ਹੋਈ ਹੈ, ਤਾਂ 1,10,000 ਦੇ ਕਰੀਬ ਵੋਟ ਜਿਹੜੀ ਆ ਉਹ ਪੋਲ ਹੋਈ ਹੈ। ਹਾਲਾਂਕਿ 2022 ਦੇ ਵਿੱਚ 39,000 ਵਾਲਾ ਜਿੱਤ ਗਿਆ ਸੀ, ਪਰ ਹੁਣ ਜਿਹੜਾ ਜ਼ਿਮਨੀ ਚੋਣ ਹੈ ਇਸ ਦੇ ਵਿੱਚ ਇਸ ਤੋਂ ਵੀ ਘੱਟ ਜਿਹੜੇ ਨੂੰ ਵੋਟ ਪਏਗੀ ਉਹਨੇ ਵੀ ਜਿੱਤ ਜਾਣਾ ਹੈ, ਕਿਉਂਕਿ ਅਕਾਲੀ ਦਲ ਨੇ ਜਿਸ ਢੰਗ ਦੇ ਨਾਲ ਆਪਣਾ ਕੈਂਡੀਡੇਟ ਵਾਪਸ ਲੈ ਲਿਆ, ਬਾਗੀ ਅਕਾਲੀ ਦਲ ਵਾਲਿਆਂ ਨੇ ਆਪਣੀ ਜਿਹੜੀ ਕੈਂਡੀਡੇਟ ਆ ਉਸ ਨੂੰ ਸਪੋਰਟ ਕਰ ਦਿੱਤੀ, ਉਹ ਜਿਹੜੇ ਨੇ ਉੱਥੇ 4-5,000 ਤੋਂ ਨੇੜੇ ਤੇੜੇ ਵੋਟਾਂ ਉਹਨਾਂ ਨੂੰ ਪੈਂਦੀਆਂ ਸੀ ਪਿਛਲੇ ਸਮੇਂ ਦੇ ਵਿੱਚ, ਹੁਣ ਕਿੰਨੀਆਂ ਪੈਣਗੀਆਂ ਇਹ ਦੇਖਣਾ ਹੋਏਗਾ। ਦੂਜੇ ਪਾਸੇ ਹੁਣੇ ਜਿਹੜੀ ਕਾਂਗਰਸ ਹੈ 44,000 ਵੋਟ ਉੱਥੋਂ ਲੈ ਕੇ ਗਈ ਹੈ, BJP 42,000 ਵੋਟ ਉੱਥੋਂ ਲੈ ਕੇ ਗਈ ਹੈ, ਤਾਂ ਉਹ ਬਹੁਤ ਦਿਲਚਸਪ ਹੋਵੇਗਾ ਕਿ BJP ਦੀ ਵੋਟ ਕੀ ਉੱਥੇ ਟਿੱਕੀ ਰਹਿੰਦੀ ਹੈ ਜਾਂ ਉਸ ਤੋਂ ਘੱਟਦੀ ਹੈ, ਕਾਂਗਰਸ ਦੀ ਵੋਟ 44,000 ਹੈ ਕੀ ਉੱਥੇ ਟਿੱਕੀ ਰਹਿੰਦੀ ਹੈ ਜਾਂ ਉਸ ਤੋਂ ਘੱਟਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਸਿਰਫ 16,000 'ਤੇ ਸੀ ਇਸ ਵਾਰ, ਅਤੇ 16,000 ਤੋਂ 35-40,000 ਤੱਕ ਦਾ ਲੈ ਕੇ ਜਾਣ ਦਾ ਉਹਦਾ ਟਾਰਗੇਟ ਹੈਗਾ ਹੈ। ਫੈਸਲੇ ਦਾ ਦਿਨ ਹੈ, ਜਲੰਧਰ ਦਾ ਕਿੰਗ ਕੌਣ ਹੋਏਗਾ ਅਸੀਂ ਤੁਹਾਨੂੰ ਦੱਸਾਂਗੇ ਨਿਊਜ਼ 18 ਪੰਜਾਬ 'ਤੇ। ਥੋੜ੍ਹੀ ਦੇਰ ਦੇ ਵਿੱਚ ਜਿਹੜੇ ਪਹਿਲੇ ਰੁਝਾਨ ਨੇ ਉਹ ਆਉਣੇ ਸ਼ੁਰੂ ਹੋ ਜਾਣਗੇ, ਬੈਲਟ ਪੇਪਰ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਪਹਿਲਾਂ ਹੋਏਗੀ, ਫਿਰ EVMs ਖੁੱਲ੍ਹਣਗੀਆਂ, ਜਿਹੜੇ ਵੱਖ ਵੱਖ ਕੈਂਡੀਡੇਟ ਨੇ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਨੇ। ਹਾਲਾਂਕਿ ਇਸ ਵਾਰ ਦੇਖਣਾ ਹੋਏਗਾ ਬਾਜ਼ੀ ਕੌਣ ਮਾਰਦਾ। ਲਗਾਤਾਰ ਤੁਸੀਂ ਦੇਖਦੇ ਰਹੋ ਨਿਊਜ਼ 18 ਪੰਜਾਬ।